ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ ਸਾਰਿਆਂ ਦਾ? ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ। ਮੇਰਾ ਨਾਮ ਹੈ ਰਵੀ ਅਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ। ਬਹੁਤ ਸਾਰੀਆਂ ਮਸ਼ੀਨੀਆਂ ਲੈ ਕੇ ਹਾਜ਼ਰ ਹਾਂ ਜੀ, ਅਤੇ ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਾਰੀ ਮਸ਼ੀਨਰੀ ਦੀ ਜਾਣਕਾਰੀ ਜਿਹੜੀ ਲੈ ਕੇ ਜਾਇਓ ਜੀ, ਅਤੇ ਸਾਰੇ ਸਾਰੀਆਂ ਬਹੁਤ ਹੀ ਵਧੀਆ ਕੰਡੀਸ਼ਨ ਦੀਆਂ, ਅਤੇ ਸਾਰੀਆਂ ਵਿਕਾਊ ਹੈ ਜੀ। ਕਿਸੇ ਵੀਰ ਨੇ ਖਰੀਦਣੀਆਂ ਹੋਣ ਖਰੀਦ ਸਕਦੇ ਹੋ। ਸਭ ਤੋਂ ਪਹਿਲਾਂ ਮੇਰਾ ਵਟਸਐਪ ਨੰਬਰ ਨੋਟ ਕਰ ਲਓ ਜੀ, 7796369488 ਮੇਰਾ ਨੰਬਰ ਹੈ। ਕਿਸੇ ਵੀ ਬਿਜ਼ਨਸ ਐਡ ਕਰਾਉਣੀ ਹੈ ਆਪਣੇ ਚੈਨਲ ਟਰੈਕਟਰ ਮੰਡੀ 'ਤੇ, ਤਾਂ ਇਸ ਨੰਬਰ 'ਤੇ ਫੋਟੋਆਂ ਸੈਂਡ ਕਰ ਦਿਓ ਜੀ, ਅਤੇ ਬਾਕੀ ਉਹਦੀ ਸਾਰੀ ਜਾਣਕਾਰੀ ਹੈ ਜਿਹੜੀ ਸੈਂਡ ਕਰ ਦਿਓ, ਅਤੇ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ 'ਤੇ ਲਗਾ ਦਿਆਂਗੇ। ਅਤੇ ਰੇਟ ਹੈ ਜਿਹੜਾ ਉਹ ਮਾਰਕੀਟ ਦੇ ਹਿਸਾਬ ਨਾਲ ਆਉਣਾ ਜੀ। ਹੁਣ ਕਰਦੇ ਜੀ ਮਸ਼ੀਨਰੀ ਦੀ ਗੱਲ। ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਹਿੰਦ ਕੰਬਾਈਨ, ਹਿੰਦ ਵਾਲਿਆਂ ਦੀ ਕੰਬਾਈਨ ਦੇਖ ਲਿਓ। 2015 ਮਾਡਲ ਹੈ, ਸੰਗਰੂਰ ਇਹਨਾਂ ਦਾ ਏਰੀਆ ਹੈ, ਅਤੇ ਰੇਟ ਰੱਖਿਆ ਜੀ ਇਹਦਾ 11,25,000। 11,25,000 ਰੇਟ ਰੱਖਿਆ ਵੀਰ ਨੇ, ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦੀ ਕੰਬਾਈਨ ਹੈ ਜੀ, ਆਹ ਹਿੰਦ ਵਾਲਿਆਂ ਦੀ ਹੈ, 999 ਜੀ। ਰੰਗ ਰੁੰਗ ਪੂਰਾ ਸਾਫ਼ ਪਿਆ, ਬਿਲਕੁਲ ਓਰਿਜਿਨਲ ਪਈ ਹੈ ਜੀ, ਕੋਈ ਕੰਮ ਨਹੀਂ ਭਾਲਦੀ, ਸਾਰਾ ਕੰਮ ਹੋਇਆ, ਕਿਸੇ ਪਾਸਿਓਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਜੀ। ਸਾਰੇ ਕਾਗਜ਼ ਪੱਤਰ ਜਿਹੜੇ ਨਾਲ ਹੈ, ਅਤੇ ਕੋਈ ਦਿੱਕਤ ਨਹੀਂ, ਸਾਰਾ ਕੰਮ ਹੋਇਆ, ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਗੀ। ਕਿਸੇ ਵੀਰ ਨੇ ਕੰਬਾਈਨ ਖਰੀਦਣੀ ਜਾਂ ਖਰੀਦ ਸਕਦੇ ਹੋ, ਕੰਬਾਈਨ ਹੈ ਜਿਹੜੀ ਵਿਕਾਊ ਹੈ ਜੀ। ਨੰਬਰ ਇਹਨਾਂ ਦਾ ਸਕਰੀਨ ਦੇ ਉੱਤੇ ਲਿਖਿਆ ਹੁੰਦਾ ਹੈ, ਜਿਹੜੇ ਕਿਸਾਨ ਵੀਰ ਦੀ ਕੰਬਾਈਨ ਹੈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। ਹੁਣ ਤੁਸੀਂ ਦੇਖ ਰਹੇ ਹੋ ਜੀ ਸਵਰਾਜ 855, ਸਵਰਾਜ 855 ਦੀਆਂ ਫੋਟੋ ਦੇਖ ਰਹੇ ਹੋ ਤੁਸੀਂ। 2,75,000 ਡਿਮਾਂਡ ਹੈ ਜੀ ਇਹਦੀ, 95% ਟਾਇਰਾਂ ਦੀ ਕੰਡੀਸ਼ਨ ਪਈ ਹੈ, ਟਾਇਰਾਂ ਦੀ ਕੰਡੀਸ਼ਨ ਜਿਹੜੀ ਉਹ ਬਹੁਤ ਹੀ ਵਧੀਆ ਪਈ ਹੈ, ਅਤੇ ਟਰੈਕਟਰ ਵੀ ਪੂਰਾ ਸੋਹਣਾ ਪਿਆ ਜੀ, ਪੂਰਾ ਵਧੀਆ ਟਰੈਕਟਰ ਹੈ, ਅਤੇ ਰੰਗ ਰੁੰਗ ਪੂਰਾ ਸਾਫ਼ ਪਿਆ ਜੀ, ਨਾਲ ਦਾ ਰੰਗ ਹੈ, ਕਿਸੇ ਪਾਸਿਓਂ ਕੋਈ ਦਿੱਕਤ ਨਹੀਂ। ਇੰਜਣ ਦੀ ਬੈਟਰੀ ਦੀ ਫੁੱਲ ਗਰੰਟੀ ਹੈ ਜੀ, ਅਤੇ ਸਾਰੇ ਚੀਜ਼ ਦੀ ਫੁੱਲ ਗਰੰਟੀ ਹੈ। ਮਿਊਜ਼ਿਕ ਸਿਸਟਮ ਲੱਗਿਆ ਸਵਰਾਜ 855 ਜੀ। ਬਰਨਾਲਾ ਇਹਨਾਂ ਦਾ ਏਰੀਆ ਜੀ, ਨਵੀਆਂ ਬ੍ਰੇਕਾਂ ਨੇ, ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ। 98,760,75,623 ਇਹਨਾਂ ਦਾ ਨੰਬਰ ਹੈ, ਅਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ। ਕਿਸੇ ਵੀਰ ਨੇ ਖਰੀਦਣਾ ਹੋਵੇ, ਵਿਕਾਊ ਹੈ ਜੀ, ਤੁਸੀਂ ਖਰੀਦ ਸਕਦੇ ਹੋ ਜੀ। ਸਵਰਾਜ 855 ਦੇਖ ਰਹੇ ਹੋ, ਛਤਰੀ ਲੱਗੀ ਹੈ ਜੀ, ਅਤੇ ਮਿਊਜ਼ਿਕ ਸਿਸਟਮ ਲੱਗਿਆ, ਬਹੁਤ ਵਧੀਆ ਕੰਡੀਸ਼ਨ ਹੈ ਟਰੈਕਟਰ ਦੀ। 2,75,000 ਡਿਮਾਂਡ ਰੱਖੀ ਵੀਰ ਨੇ, 95% ਟਰਨ ਦੀ ਕੰਡੀਸ਼ਨ ਹੈ ਜੀ। ਅਤੇ ਜਿੰਨੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ, ਵੀਡੀਓ ਨੂੰ ਨਵੇਂ ਦੇਖ ਰਹੇ ਨੇ, ਤਾਂ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ, ਤਾਂ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਜੀ, ਉਹਨੂੰ ਦੱਬ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਇੱਕ ਘੰਟੇ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ। ਇਹਨਾਂ ਦਾ ਫਾਇਦਾ ਇਹ ਹੁੰਦਾ ਜੀ, ਜਦੋਂ ਮੈਂ ਨਵੀਂ ਵੀਡੀਓ ਪਾਊਂਗਾ ਚੈਨਲ 'ਤੇ, ਉਹਦਾ ਮੈਸੇਜ ਹੈ ਜਿਹੜਾ ਵੀਡੀਓ ਦਾ, ਤੁਰਤ ਪੈਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ, ਅਤੇ ਤੁਰਤ ਪੈਰ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਜੀ। ਹੁਣ ਤੁਸੀਂ ਦੇਖ ਰਹੇ ਹੋ ਜੀ ਵੀਰ ਨੇ ਐਡ ਲਵਾਈ ਹੈ 4 ਕਿੱਲਿਆਂ ਦੀ ਜੀ, ਵਾਹਣ ਹੈ ਜੀ 4 ਕਿੱਲੇ, ਅਤੇ ਐਡ ਲਾਈ ਹੈ ਜੀ ਆਪਾਂ, ਵਿੱਚ ਮੋਟਰ ਹੈ, 4 ਕਿੱਲੇ ਵਿਕਾਊ ਹੈ ਜੀ, ਵਿੱਚ ਹੀ ਕੋਠੀ ਹੈ, ਅਤੇ ਬਹੁਤ ਵਧੀਆ ਜ਼ਮੀਨ ਹੈ ਜੀ। ਧਰਮਕੋਟ ਏਰੀਆ ਜਿਹਨਾਂ ਦਾ ਮੋਗੇ 'ਚ ਪੈ ਜਾਂਦਾ, 52 ਲੱਖ ਦਾ ਸਾਰਾ ਕੁਛ ਦੇਣਾ ਜੀ, ਵਿੱਚ ਹੀ ਕੋਠੀ, ਵਿੱਚ ਹੀ ਮੋਟਰ, ਵਿੱਚ ਹੀ ਵਾਹਣ ਜੀ 4 ਕਿੱਲੇ, ਅਤੇ ਪੂਰੀ ਵਧੀਆ ਹੈ ਜੀ। ਕਿਸੇ ਵੀ ਨੇ ਲੈਣੀ ਹੋਵੇ ਇਹਨਾਂ ਨਾਲ ਗੱਲ ਕਰਕੇ ਤੁਸੀਂ, ਅਤੇ ਵਾਹਣ ਅਤੇ ਕੋਠੀ ਅਤੇ ਮੋਟਰ ਵਿੱਚ ਹੀ ਸਾਰਾ ਕੁਛ ਖਰੀਦ ਸਕਦੇ ਹੋ ਜੀ। ਨੰਬਰ ਹੈ ਜੀ ਇਹਨਾਂ ਦਾ 62,803,44,469, 52,00,000
ਰੇਟ ਹੈ ਜੀ ਸਾਰੇ ਚੀਜ਼ਾਂ ਦਾ ਜੀ। ਅਤੇ ਵਾਹਣ ਬਹੁਤ ਹੀ ਵਧੀਆ ਜੀ, ਸਾਰਾ ਕੁਛ ਹੁੰਦਾ ਜੀ ਇੱਥੇ, ਮੋਟਰ ਲੱਗੀ ਹੈ ਵਿੱਚ ਹੀ, ਕੋਈ ਦਿੱਕਤ ਨਹੀਂ, ਪਾਣੀ ਪੂਣੀ ਫੁੱਲ ਹੈ ਜੀ, ਪੂਰਾ ਵਧੀਆ ਪਾਣੀ ਹੈ। ਅਤੇ ਵਧੀਆ ਘਰ ਪਾਇਆ ਜੀ ਵਿੱਚ, ਕੋਠੀ ਪਾਈ ਹੈ ਜੀ ਵਧੀਆ। ਅਤੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਇਹਨਾਂ ਨਾਲ ਗੱਲ ਕਰ ਸਕਦੇ ਹੋ, ਅਤੇ ਤੁਸੀਂ ਖਰੀਦ ਸਕਦੇ ਹੋ ਜੀ, ਜਾ ਕੇ ਦੇਖ ਸਕਦੇ ਹੋ ਵਾਹਣ, ਅਤੇ ਮੋਟਰ ਦੇਖ ਸਕਦੇ ਹੋ ਜੀ, ਅਤੇ ਘਰ ਦੇਖ ਸਕਦੇ ਹੋ, ਅਤੇ ਖਰੀਦ ਸਕਦੇ ਹੋ ਜੀ। ਬਾਕੀ ਰੇਟ ਇਹਨਾਂ ਨਾਲ ਤੁਸੀਂ ਫੋਨ 'ਤੇ ਗੱਲ ਕਰ ਸਕਦੇ ਹੋ ਜੀ। ਹੁਣ ਤੁਸੀਂ ਦੇਖ ਰਹੇ ਹੋ ਸਵਰਾਜ 855 2011 ਮਾਡਲ ਹੈ ਜੀ ਆਹ, 45% ਟਾਇਰਾਂ ਦੀ ਕੰਡੀਸ਼ਨ ਪਈ ਹੈ, ਫਤਿਹਾਬਾਦ ਇਹਨਾਂ ਦਾ ਏਰੀਆ ਜੀ। ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਹੈ ਜੀ 98-141-61-325, ਅਤੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਆਹ, ਫਤਿਹਾਬਾਦ ਇਹਨਾਂ ਦਾ ਏਰੀਆ ਹੈ, 45% ਟਾਇਰਾਂ ਦੀ ਕੰਡੀਸ਼ਨ ਹੈ ਜੀ, 2011 ਮਾਡਲ ਹੈ ਜੀ, ਸਵਰਾਜ 855 ਛੱਤਰੀ ਲੱਗੀ ਆ, ਅਤੇ ਪੂਰਾ ਵਧੀਆ ਅਤੇ ਸੋਹਣਾ ਟਰੈਕਟਰ ਹੈ ਜੀ। ਕਿਸੇ ਵੀ ਨੇ ਟਰੈਕਟਰ ਖਰੀਦਣਾ ਹੋਵੇ, ਟਰੈਕਟਰ ਵਿਕਾਊ ਹੈ ਜੀ, ਅਤੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਜੀ, ਫਤਿਹਾਬਾਦ ਇਹਨਾਂ ਦਾ ਏਰੀਆ ਜੀ, ਜਾ ਕੇ ਦੇਖ ਸਕਦੇ ਹੋ ਅਤੇ ਖਰੀਦ ਸਕਦੇ ਹੋ ਜੀ। ਅਤੇ ਜਿੰਨੇ ਵੀ ਰੇਟ ਹੁੰਦੇ ਜੀ ਆਹ, ਮੌਕੇ 'ਤੇ ਲੈਸ ਹੋ ਜਾਂਦਾ ਹੁੰਦਾ, ਰੇਟ ਦੀ ਟੈਨਸ਼ਨ ਨਾ ਲਿਆ ਕਰੋ। ਅਤੇ ਆਹ ਵੀਰ ਨੇ ਰੇਟ ਨਹੀਂ ਦੱਸਿਆ, ਰੇਟ ਇਹਨਾਂ ਨੂੰ ਫੋਨ 'ਤੇ ਗੱਲ ਕਰਕੇ ਪੁੱਛ ਸਕਦੇ ਹੋ ਜੀ ਤੁਸੀਂ। ਟਰੈਕਟਰ ਜਿਹੜਾ ਬਹੁਤ ਵਧੀਆ ਜੀ, ਤੁਸੀਂ ਖਰੀਦ ਸਕਦੇ ਹੋ, ਅਤੇ ਬਾਕੀ ਰੇਟ ਹੈ ਜਿਹੜਾ ਫੋਨ 'ਤੇ ਪੁੱਛ ਸਕਦੇ ਹੋ, ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਫੋਨ 'ਤੇ ਤੁਸੀਂ ਪੁੱਛ ਸਕਦੇ ਹੋ ਜੀ। ਅਤੇ ਇੰਜਣ ਦੀ ਬੈਟਰੀ ਸਾਰੀ ਚੀਜ਼ ਦੀ ਫੁੱਲ ਗਰੰਟੀ ਹੈ ਕਿਸਾਨ ਵੀਰ ਵੱਲੋਂ ਜੀ। ਅਤੇ ਹੁਣ ਆਪਣੇ ਚੈਨਲ ਨੂੰ ਲਾਈਕ ਕਰ ਦਿਓ ਜੀ, ਜਿੰਨੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਲਾਈਕ ਕਰ ਦਿਓ ਜੀ। ਅਤੇ ਵੀਡੀਓ ਨੂੰ ਲਾਈਕ ਕਰਤਾ ਤਾਂ ਆਪਣੇ ਚੈਨਲ ਨੂੰ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ ਫੇਸਬੁੱਕ 'ਤੇ, ਵਟਸਐਪ ਦੇ ਗਰੁੱਪਾਂ ਦੇ ਵਿੱਚ, ਅਤੇ ਸ਼ੇਅਰ ਵੀ ਕਰਤਾ ਜੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਹੁਣ ਤੁਸੀਂ ਦੇਖ ਰਹੇ ਹੋ ਜੀ HMT 4511 ਟਰੈਕਟਰ ਜੀ, 1997 ਮਾਡਲ ਹੈ, ਮੋਗਾ ਇਹਨਾਂ ਦਾ ਏਰੀਆ ਜੀ, ਧਰਮਕੋਟ ਮੋਗਾ ਜੀ, 1,40,000 ਡਿਮਾਂਡ ਰੱਖੀ ਹੈ ਜੀ, 65% ਟਾਇਰਾਂ ਦੀ ਕੰਡੀਸ਼ਨ ਹੈ ਜੀ। ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਨੇ ਰੇਟ ਰੱਖਿਆ 1,40 ਜੀ, ਅਤੇ ਜਿਹੜੇ ਵੀਰ ਦਾ ਟਰੈਕਟਰ ਹੈ ਉਹਨਾਂ ਦਾ ਨੰਬਰ ਹੈ ਜੀ 62-843-44-69, 4511 ਟਰੈਕਟਰ ਹੈ ਜੀ HMT, ਅਤੇ ਪੂਰਾ ਵਧੀਆ ਟਰੈਕਟਰ ਪਿਆ, ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ, ਅਤੇ ਹਾਲਤ ਹੈ ਜਿਹੜੀ ਬਹੁਤ ਵਧੀਆ ਪਈ ਹੈ। ਇੰਜਣ ਕੋਲੋਂ ਫੋਟੋਆਂ ਦੇਖ ਲਓ ਤੁਸੀਂ ਬੈਕ ਸਾਈਡ ਤੋਂ, ਕੋਈ ਦਿੱਕਤ ਨਹੀਂ, ਪੂਰਾ ਵਧੀਆ ਟਰੈਕਟਰ ਹੈ ਜੀ। ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਆਹ, ਟਰੈਕਟਰ ਵਿਕਾਊ ਹੈ ਜੀ, ਟਰੈਕਟਰ ਤੁਸੀਂ ਖਰੀਦ ਸਕਦੇ ਹੋ 1,40 ਦੇ ਵਿੱਚ ਜੀ, ਬਾਕੀ ਥੋੜ੍ਹਾ ਬਹੁਤਾ ਲੈਸ ਵੀ ਹੋ ਜੂਗਾ। ਮੋਗਾ ਇਹਨਾਂ ਦਾ ਏਰੀਆ ਜੀ, ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਟਰੈਕਟਰ ਚਲਾ ਕੇ ਦੇਖ ਸਕਦੇ ਹੋ, ਟਰਾਈ ਲੈ ਕੇ ਦੇਖ ਸਕਦੇ ਹੋ, ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। HMT 4511 ਟਰੈਕਟਰ ਹੈ ਜੀ, ਟਾਇਰਾਂ ਦੀ ਕੰਡੀਸ਼ਨ ਜਿਹੜੀ ਬਹੁਤ ਵਧੀਆ ਪਈ ਹੈ, ਰੇਟ ਵੀ ਵਧੀਆ ਜੀ, ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਲੈਸ ਹੋ ਜੂਗਾ। ਹੁਣ ਤੁਸੀਂ ਦੇਖ ਰਹੇ ਹੋ ਬੋਰ ਕਰਨ ਵਾਲੀ ਮਸ਼ੀਨ ਜੀ, ਮਸ਼ੀਨ ਜਿਹੜੀ ਆ ਵਿਕਾਊ ਹੈ ਜੀ, 2017 ਮਾਡਲ ਹੈ ਜੀ ਆਹ, ਰੇਟ ਹੈ ਜੀ ਇਹਦਾ 1,45,000, ਪੂਰੀ ਵਧੀਆ ਪਈ ਹੈ ਜੀ, ਨਵੀਂ ਵਰਗੀ ਪਈ ਹੈ। ਜਿਹੜੇ ਵੀਰ ਦੀ ਮਸ਼ੀਨ ਆ ਉਹਨਾਂ ਦਾ ਨੰਬਰ ਹੈ ਜੀ 98-764-73-607, ਕਿਸੇ ਵੀਰ ਨੇ ਆਹ ਮਸ਼ੀਨ ਲੈਣੀ ਹੈ ਜੀ, ਲੈ ਕੇ ਹਾਜ਼ਰ ਆ, ਮਸ਼ੀਨ ਤੁਸੀਂ
ਖਰੀਦ ਸਕਦੇ ਹੋ ਜੀ। ਬੋਰ ਕਰਨ ਵਾਲੀ ਮਸ਼ੀਨ ਹੈ ਜੀ, ਅਤੇ ਕੰਡੀਸ਼ਨ ਵੀ ਵਧੀਆ ਪਈ ਹੈ, ਕਿਸੇ ਵੀਰ ਨੇ ਮਸ਼ੀਨ ਖਰੀਦਣੀ ਆ ਖਰੀਦ ਸਕਦੇ ਹੋ। ਮਸ਼ੀਨ ਹੈ ਜਿਹੜੀ ਬਿਕਾਊ ਹੈ ਜੀ, 2017 ਮਾਡਲ ਹੈ, 1,45,000 ਡਿਮਾਂਡ ਹੈ ਜੀ। ਅਤੇ ਜਿੰਨੀਆਂ ਵੀ ਆਪਣੇ ਚੈਨਲ 'ਤੇ ਮਸ਼ੀਨਰੀ ਹੁੰਦੀ ਹੈ ਜੀ, ਕੋਈ ਮਸ਼ੀਨਰੀ ਹੋਵੇ, ਟਰੈਕਟਰ, ਕੰਬਾਈਨ, ਗੱਡੀਆਂ, ਆ ਲੋਕਲ ਪਿੰਡਾਂ ਦੇ ਵਿੱਚ ਹੀ ਖੜੀਆਂ ਹੁੰਦੀਆਂ, ਘਰਾਂ ਦੇ ਵਿੱਚ ਕਿਸਾਨ ਵੀ ਰਹਿੰਦੇ ਜੀ, ਅਤੇ ਉਹੀ ਆਪਾਂ ਨੂੰ ਐਡ ਭੇਜਦੇ ਅਤੇ ਉਹਨਾਂ ਦੇ ਆਪਾਂ ਐਡ ਲਗਾਉਂਦੇ ਹਾਂ ਜੀ। ਅਤੇ ਕੋਈ ਡੀਲਰ ਦੀ ਨਹੀਂ ਹੁੰਦੀ, ਜੇ ਕੋਈ ਡੀਲਰ ਦੀ ਹੁੰਦੀ ਤਾਂ ਆਪਾਂ ਦੱਸ ਦਈਦਾ ਜੀ ਕਿ ਡੀਲਰ ਦੀ ਹੈ ਜੀ, ਕੋਈ ਰੇਟ ਫਿਕਸ ਨਹੀਂ ਹੁੰਦਾ, ਜੇ ਫਿਕਸ ਹੁੰਦਾ ਤਾਂ ਦੱਸ ਦਈਦਾ ਜੀ। ਅਤੇ ਹੁਣ ਕਰਦੇ ਹਾਂ ਜੀ ਕਮੈਂਟਾਂ ਦੀ ਗੱਲ, ਵੀਰ ਬਹੁਤ ਸਾਰੇ ਕਮੈਂਟ ਕਰ ਦਿੰਦੇ ਆ, ਬਹੁਤ ਵਧੀਆ ਵਧੀਆ, ਅਤੇ ਦੱਸਦੇ ਤੁਹਾਨੂੰ ਕਮੈਂਟ। ਸਭ ਤੋਂ ਪਹਿਲਾ ਕਮੈਂਟ ਹੈ ਜੀ ਰਾਜਵਿੰਦਰ ਕੌਰ ਦਾ ਜੀ, ਅਤੇ ਕੋਠੀ ਬਾਰੇ ਕਹਿੰਦੇ ਆ ਜੀ 25 ਲੱਖ, ਅਤੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ, ਅਤੇ ਜਿਨ੍ਹਾਂ ਦੀ ਕੋਠੀ ਹੈ ਉਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ, ਉਹਨਾਂ ਨਾਲ ਗੱਲ ਕਰਕੇ ਤੁਸੀਂ ਕੋਠੀ ਨੂੰ ਖਰੀਦ ਸਕਦੇ ਹੋ, ਬਾਕੀ ਰੇਟ ਹੈ ਜਿਹੜਾ ਉਹਨਾਂ ਨਾਲ ਗੱਲ ਕਰਕੇ ਤੁਸੀਂ ਕਰ ਲਿਓ ਜੀ। ਅਤੇ ਜਸ਼ਨਦੀਪ ਸਿੰਘ ਕਹਿੰਦੇ ਜੀ ਵੈਰੀ ਨਾਈਸ ਬ੍ਰੋ, ਬਹੁਤ ਬਹੁਤ ਧੰਨਵਾਦ ਜੀ। ਦਿਲ ਬੋਇਸ ਕਹਿੰਦੇ ਆ ਮੈਂ ਵੀ ਮੋਟਰਸਾਈਕਲ ਵੇਚਣਾ ਹੈਗਾ ਬ੍ਰੋ, ਕੋਈ ਗੱਲ ਨਹੀਂ ਭਰਾ, ਅਤੇ ਆਪਣੇ ਨੰਬਰ 'ਤੇ ਫੋਟੋਆਂ ਸੈਂਡ ਕਰ ਦਿਓ ਅਤੇ ਬਾਕੀ ਸਾਰੀ ਜਾਣਕਾਰੀ ਅਤੇ ਲਾ ਦਾਂ ਜੀ ਐਡ ਤੁਹਾਡੇ। ਅਤੇ ਯੁਗਰਾਜ ਭੁੱਲਰ ਕਹਿੰਦੇ ਆ ਜੀ ਵੀਰ ਮੈਂ ਰੈਡਮੀ ਵੇਚਣਾ ਹੈ, ਰੈਡਮੀ 6 Pro 3 ਮੰਥ ਵਾਰੰਟੀ ਵੀ ਹੈਗੀ ਹੈ, ਕੋਈ ਗੱਲ ਨਹੀਂ ਵੀਰੇ ਫੋਟੋਆਂ ਸੈਂਡ ਕਰ ਦਿਓ ਅਤੇ ਬਾਕੀ ਰੇਟ ਰੂਟ ਸਾਰਾ ਕੁਛ ਉਹਦਾ ਸੈਂਡ ਕਰ ਦਿਓ, ਕਿਹੜੇ ਏਰੀਆ 'ਚ ਹੈ, ਅਤੇ ਐਡ ਲਗਾ ਦਾਂਗੇ ਜੀ। ਮਨੀਸ਼ ਸਿੰਘ ਕਹਿੰਦੇ ਆ ਜੀ ਨਾਈਸ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ। ਸੁਰਜੀਤ ਸਿੰਘ ਕਹਿੰਦੇ ਨਾਈਸ ਵੀਡੀਓ ਜੀ, ਬਹੁਤ ਬਹੁਤ ਧੰਨਵਾਦ ਜੀ। ਗੁਰਪ੍ਰੀਤ ਜਸ਼ਨ ਕਹਿੰਦੇ ਆ ਜੀ ਵੀਰ ਜੀ ਮਹਿੰਦਰਾ 575 ਦੀ ਹੋਵੇ ਤਾਂ ਦੱਸਿਓ, 2010 ਮਾਡਲ ਤੱਕ ਜ਼ਰੂਰ ਭਾਅ ਜੀ, ਕੋਈ ਆਇਆ ਤਾਂ ਆਪਾਂ ਐਡ ਲਗਾ ਦਾਂਗੇ, ਬਾਕੀ ਪਿਛਲੀ ਵੀਡੀਓ ਚੈੱਕ ਕਰ ਲਓ ਉਹਨਾਂ 'ਚ ਵੀ ਪਿਆ ਜੀ। ਦਿਲਬਾਗ ਸੰਧੂ ਕਹਿੰਦੇ ਆ ਕੋਠੀ ਬਹੁਤ ਵਧੀਆ ਜੀ, ਗੁੱਡ, ਕੋਠੀ ਤਾਂ ਪੂਰੀ ਟੋਪ ਦੀ ਹੈ ਜੀ, ਪੂਰਾ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ, ਅਤੇ ਕੋਠੀ ਪੂਰੀ ਵਧੀਆ ਸਾਰੀ ਵਿੱਚੋਂ ਦੇਖੀ ਹੋਊਗੀ, ਪੂਰੀ ਵਧੀਆ ਜੀ। ਕਿਸੇ ਵੀ ਨੇ ਲੈਣੀ ਹੋਵੇ ਕੋਠੀ ਆ ਤਾਂ ਵਿਕਾਊ ਹੈ ਜੀ, ਅਤੇ ਕੱਲ੍ਹ ਵਾਲੀ ਵੀਡੀਓ 'ਚ ਆਪਾਂ ਕੋਠੀ ਪਾਈ ਸੀਗੀ, ਅਤੇ ਵੀਡੀਓ ਨੂੰ ਚੈੱਕ ਕਰ ਲਓ, ਸਾਰੀ ਵੀਡੀਓ ਦੇਖ ਲਿਓ ਜੀ, ਵੀਡੀਓ 'ਚ ਸਾਰੀ ਕੋਠੀ ਦਿਖਾਈ ਹੈ ਜੀ, ਬਾਹਰੋਂ ਅੰਦਰੋਂ ਸਾਰੇ ਪਾਸਿਓਂ ਜੀ, ਕੋਠੀ ਵਿਕਾਊ ਹੈ, ਖਰੀਦ ਸਕਦੇ ਹੋ, ਵਿੱਚ ਸਾਰਾ ਸਮਾਨ ਹੈ ਜਿਹੜਾ ਉਹ ਵੀ ਵਿਕਾਊ ਹੈ ਜੀ। ਸੁਰਜੀਤ ਸਿੰਘ ਕਹਿੰਦੇ ਆ ਜੀ ਨਾਈਸ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਤਰਵਿੰਦਰ ਸਿੰਘ ਕਹਿੰਦੇ ਜੀ ਵੈਰੀ ਨਾਈਸ ਬ੍ਰੋ, ਬਹੁਤ ਬਹੁਤ ਧੰਨਵਾਦ ਜੀ। ਅਤੇ ਜਸਕਰਨ ਵੀਰ ਕਹਿੰਦੇ 32 ਲੱਖ ਤੱਕ ਕੋਠੀ ਬਾਰੇ ਕਹਿੰਦੇ ਆ ਜੀ, ਅਤੇ ਭਾਅ ਜੀ ਉਹਨਾਂ ਨਾਲ ਗੱਲ ਕਰ ਲਿਓ ਤੁਸੀਂ, ਅਤੇ ਕੋਠੀ ਖਰੀਦ ਸਕਦੇ ਹੋ, ਨੰਬਰ ਉਹਨਾਂ ਦਾ ਹੈਗਾ ਜੀ, ਉਹਨਾਂ ਨਾਲ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਜੀ। ਸ਼ੁਭਪ੍ਰੀਤ ਸਿੰਘ ਦੁੱਤ ਕਹਿੰਦੇ ਆ ਜੀ ਸੁਪਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਕਮੈਂਟ ਕਰਨ ਲਈ ਬਹੁਤ ਵਧੀਆ ਲੱਗਿਆ, ਅਤੇ ਇਸੇ ਤਰ੍ਹਾਂ ਆਪਣੇ ਚੈਨਲ 'ਤੇ ਤੁਸੀਂ ਸਪੋਰਟ ਰੱਖਿਆ ਕਰੋ ਜੀ, ਅਤੇ ਬਹੁਤ ਵਧੀਆ ਲੱਗਦਾ ਕਮੈਂਟ ਕਰਦੇ ਹੋ, ਅਤੇ ਕਮੈਂਟ ਬਹੁਤ ਸੋਹਣੇ ਹੁੰਦੇ ਜੀ, ਅਤੇ ਬਹੁਤ ਬਹੁਤ ਧੰਨਵਾਦ ਜੀ। ਅਤੇ ਅੱਜ ਲਈ ਇੰਨਾ ਹੀ ਜੀ, ਅਤੇ ਨਵੀਂ ਵੀਡੀਓ ਨਾਲ ਫਿਰ ਤੋਂ ਹਾਜ਼ਰ ਹੋਊਗਾ ਜੀ, ਅਤੇ ਖੁਸ਼ ਰਹੋ ਜੀ, ਜੁੜੇ ਰਹੋ ਆਪਣੇ ਚੈਨਲ ਨਾਲ, ਅਤੇ ਲਾਸਟ ਦੇ ਵਿੱਚ 2 ਵੀਡੀਓ ਹੋਰ ਆਉਣਗੀਆਂ, ਉਹਨਾਂ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ।